ਰਹਿਤਾ ਗੁਰੂ ਅਤੇ ਬੇਟਾ ਜੀ ਦਸਵੇਂ ਪਾਤਸ਼ਾਹ ਨੂੰ ਉਹਨਾਂ ਨੂੰ ਸੇਵਾ ਨੂੰ ਮੁੱਖ ਰੱਖ ਕੇ ਵਾਧੀ ਦਿੱਤੀ ਇੱਦਾਂ ਦੀ ਕਿ ਰਹਿਤਾ ਗੁਰੂ ਦਾ ਬੇਟਾ ਔਰ ਇਹ ਕਹਿ ਕੇ ਹਿੱਕ ਨਾਲ ਲਾਇਆ ਔਰ ਆਪਣਾ ਨਾਮ ਜੀਵਨ ਸਿੰਘ ਭਾਈ ਦਿੱਤਾ ਉਹਨਾਂ ਦੀ ਯਾਦਗਾਰ ਦੇ ਵਿੱਚ ਗੁਰੂ ਘਰ ਸਾਡਾ ਤਿੰਨ ਫੇਸ ਵਿੱਚ ਸਿੱਖ ਨੇ ਬਣਾਇਆ ਸਜਾਇਆ ਔਰ ਅੱਜ ਉਹ ਸੋਭਦ ਸਾਂਭੇ ਔਰ ਉਸ ਸਭ ਤੋਂ ਬਾਬਾ ਜੀ ਦੀ ਯਾਦ ਦੇ ਵਿੱਚ ਇਹ ਨਗਰ ਕੀਰਤਨ ਆਰੰਭ ਹੋ ਰਿਹਾ ਦੋ ਸ਼ਖਸੀਅਤਾਂ ਮੈਂ ਸ਼ਹੀਦ ਕਹੂੰਗਾ ਉਹਨਾਂ ਨੂੰ ਅਤੇ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦ ਅਨੰਦਪੁਰ ਸਾਹਿਬ ਪਹੁੰਚਾਇਆ ਭਾਈ ਜੇਤਾ ਜੀ ਨੇ ਭਾਈ ਲਖਣ ਸ਼ਾਹ ਲੱਖੀ ਸ਼ਾਹ ਬਣਜਾਰੇ ਨੇ ਸਾਰੇ ਪਿੰਡ ਵਾਸੀਆਂ ਨੇ ਇਕੱਠੇ ਹੋਏ ਬਾਹਰ ਘਰ ਜਿਹੜਾ ਹੈ ਸ਼ਹੀਦਾਂ ਸਾਹਿਬ ਤੋਂ ਆਪਣੇ ਪਿੰਡ ਬਣਜਾਰਿਆਂ ਦੇ ਪ੍ਰਤਾਪਗੜ੍ਹ ਸਾਹਿਬ ਜਿੱਥੇ ਗੁਰਦੁਆਰਾ ਸੋਭਤ ਹੈ ਉੱਥੇ ਜਾ ਕੇ ਸੰਸਕਾਰ ਕੀਤਾ ਉਸ ਵੇਲੇ ਦੇ ਜਿੱਦਾਂ ਦੇ ਹਜੂ ਜਿਹੜੇ ਹਾਕਮ ਸੀ ਜ਼ਾਲਮ ਉਹਨਾਂ ਤੋਂ ਨਿਡਰ ਹੋ ਕੇ ਭਾਈ ਰਵਨੇਤਾ ਗੁਰੂ ਅਤੇ ਬੇਟਾ ਜੀ ਦਾ ਸ਼ੀਸ ਮਹਾਰਾਜ ਦਾ ਚੁੱਕ ਕੇ ਉੱਥੇ ਦੇ ਬੜੇ ਸਤਿਕਾਰ ਆਦਮ ਦੇ ਨਾਲ ਪੈਦਲ ਚੱਲ ਕੇ ਕਈ ਸੌ ਮੀਲ ਆ ਕੇ ਅਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਦੇ ਗੋਦੀ ਵਿੱਚ ਰੱਖਿਆ ਲਿਆ ਕੇ ਜਿਹੜੀ ਸੇਵਾ ਸਿੱਖ ਕੌਮ ਕਦੇ ਭੁਲਾ ਨਹੀਂ ਸਕਦੀ ਔਰ ਇਹ ਸ਼ਹੀਦਾਂ ਤੋਂ ਬਹੁਤ ਵੱਡੀਆਂ ਸਿਹਤਾਂ ਮਿਲਦੀਆਂ ਇਹ ਆਦਰਸ਼ਕ ਜਿਹੜੇ ਜੀਵਨ ਸਿੰਘ ਇੱਦਾਂ ਭਾਈ ਜੀਵਨ ਸਿੰਘ ਦੀ ਜੀ ਹੈ ਉਹ ਆਦਰਸ਼ਾਂ ਨੂੰ ਵੀ ਸੰਗਤਾਂ ਨੂੰ ਵੀ ਇਹ ਅੱਜ ਦਿਨ ਕੋਈ ਨਾ ਕੋਈ ਸੰਦੇਸ਼ ਲੈਣਾ ਚਾਹੀਦਾ ਇੱਕ ਅੱਧਾ ਗੁਣ ਉਹਨਾਂ ਸ਼ਖਸੀਅਤਾਂ ਜਿਹੜੇ ਐਡੇ ਵੱਡੇ ਸ਼ਹੀਦ ਹੋਏ ਆ ਬਾਬੇ ਜੀ ਸਾਰੇ ਸਿੰਘ ਸ਼ਹੀਦ ਹੋਏ ਆ ਉਹਨਾਂ ਦਿਆਂ ਗੁਰਦਿਆਂ 'ਤੇ ਚੱਲਣ ਵਾਸਤੇ ਇੱਕ ਅੱਧਾ ਆਦਰਸ਼ ਵੀ ਅਸੀਂ ਮਨਾ ਲਈਏ ਸਾਡੀ ਜ਼ਿੰਦਗੀ ਸਮਝ ਸਕਦੀ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬਹੁਤ ਬਹੁਤ ਨਮਸਕਾਰ ਭਾਈ ਜੀ ਭਾਈ ਜੀ ਹਾਜ਼ਰ ਹੈ ਭਾਈ ਜੇਤਾ ਜੀ ਦੇ ਆਰੰਭ ਦੇ ਮੌਕੇ 'ਤੇ ਵੀ ਸਾਡੇ ਨੂੰ ਪਹੁੰਚੀ ਹੈ ਜੋ ਨਗਰ ਕੀਰਤਨ ਆਰੰਭ ਹੋਇਆ ਤਿੰਨ ਫੇਸ ਵਿੱਚ ਔਰ ਹੁਣ ਇਸਦੇ ਸਵਾਗਤ ਵਾਸਤੇ ਵੀ ਸਾਰੀ ਸੰਗਤ ਮਹਾਰਾਜ ਨੂੰ ਉਡੀਕ ਰਹੀ ਹੈ ਜੋ ਮਹਾਰਾਜ ਕਿਰਪਾ ਕਰਨਗੇ ਉਹਦੇ ਸੇਵਾ ਵਿੱਚ ਸਾਡੀ ਸੰਗਤ ਉੱਥੇ ਹਾਜ਼ਰ ਹੈ ਔਰ ਹਰ ਸੰਗਤ ਦੀ ਸੇਵਾ ਸਹਾਇਕ ਹੋਵੇ ਵਾਹਿਗੁਰੂ ਜੀ ਕਾ ਵਾਹਿਗੁਰੂ 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 ਵਾਹਿਗੁਰੂ।